ਭਾਰਤ 'ਚ ਖੁੱਲ੍ਹਿਆ ਐਪਲ ਦਾ ਪਹਿਲਾ ਸਟੋਰ। ਮੁੰਬਈ 'ਚ ਕੰਪਨੀ ਦੇ ਸੀਈਓ ਟਿਮ ਕੁੱਕ ਨੇ ਕੀਤੀ ਸ਼ੁਰੂਆਤ। ਸਤਿ ਸ਼੍ਰੀ ਅਕਾਲ, ਮੈਂ ਮੀਨਾ ਤੁਹਾਡਾ ਸਵਾਗਤ ਕਰਦੀ ਹਾਂ ਈ ਇੰਡੀਆ ਨਿਊਜ਼ ਚੈਨਲ 'ਤੇ। ਭਾਰਤ 'ਚ ਟੈਕਨੋਲੋਜੀ ਕੰਪਨੀ ਐਪਲ ਦਾ ਪਹਿਲਾ ਖੁਰਦਰਾ ਸਟੋਰ ਮੁੰਬਈ 'ਚ ਖੋਲ੍ਹਿਆ ਗਿਆ ਹੈ। ਐਪਲ ਦੇ ਮੁੱਖ ਕਾਰਜਕਾਰੀ ਟਿਮ ਕੁੱਕ ਨੇ ਕੰਪਨੀ ਦੇ ਭਾਰਤ ਵਿੱਚ ਵਾਲੇ ਪਹਿਲੇ ਸਟੋਰ ਦਾ ਦਰਵਾਜ਼ਾ ਖੋਲ੍ਹ ਕੇ ਇਸ ਦੀ ਸ਼ੁਰੂਆਤ ਕੀਤੀ ਹੈ। ਰਿਲਾਇੰਸ ਇੰਡਸਟਰੀ ਦੇ ਚੇਅਰਮੈਨ ਮੁਕੇਸ਼ ਅੰਬਾਨੀ ਦੇ ਜੀਓ ਵਰਲਡ ਡਰਾਈ ਮਾਲ 'ਚ ਇਹ ਸਟੋਰ ਬਣਾਇਆ ਗਿਆ ਹੈ। ਐਪਲ ਦੇ ਹੁਣ 25 ਦੇਸ਼ਾਂ 'ਚ ਕੁੱਲ 555 ਸਟੋਰ ਹੋ ਗਏ ਹਨ। ਦਿੱਲੀ ਦੇ ਸਾਕੇਤ 'ਚ ਵੀ ਐਪਲ ਦਾ ਇੱਕ ਹੋਰ ਸਟੋਰ 20 ਅਪ੍ਰੈਲ ਨੂੰ ਖੋਲ੍ਹਿਆ ਜਾਵੇਗਾ। ਐਪਲ ਦੇ ਮੁੰਬਈ ਆਊਟਲੈਟ ਨੂੰ ਐਪਲ BKC ਨਾਂ ਦਿੱਤਾ ਗਿਆ ਹੈ। ਇਸ ਸਟੋਰ ਦਾ ਡਿਜ਼ਾਈਨ ਸ਼ਹਿਰ ਦੀ ਪਛਾਣ ਕਾਲੀ ਪੀਲੀ ਟੈਕਸੀਆਂ ਤੋਂ ਪ੍ਰੇਰਿਤ ਹੈ। ਇਸ ਸਟੋਰ ਦਾ ਹਰ ਮਹੀਨੇ ਦਾ ਕਿਰਾਇਆ 42 ਲੱਖ ਰੁਪਏ ਹੈ। ਕਿਰਾਏ ਨੂੰ ਹਰ 3 ਮਹੀਨੇ 'ਚ ਅਦਾ ਕੀਤਾ ਜਾਵੇਗਾ। ਇਸ ਮੌਕੇ ਗਾਹਕਾਂ ਨੇ ਟਿਮ ਕੁੱਕ ਨਾਲ ਸੈਲਫੀਆਂ ਲਈਆਂ। ਇਸੇ ਦੌਰਾਨ ਇੱਕ ਵਿਅਕਤੀ 1954 'ਚ ਬਣੇ ਮੈਕ SE ਕੰਪਿਊਟਰ ਨੂੰ ਆਪਣੇ ਨਾਲ ਲੈ ਕੇ ਸਟੋਰ 'ਚ ਆਇਆ, ਜਿਸ ਨੂੰ ਵੇਖ ਕੇ ਟਿਮ ਕੁੱਕ ਕਾਫ਼ੀ ਹੈਰਾਨ ਹੋਏ। ਹਾਲਾਂਕਿ ਟਿਮ ਕੁੱਕ ਨੇ ਇੰਡੀਆ ਵਿੱਚ ਹੋਰ ਐਪਲ ਸਟੋਰ ਖੋਲ੍ਹਣ ਦਾ ਕੋਈ ਹੋਰ ਖੁਲਾਸਾ ਨਹੀਂ ਕੀਤਾ ਹੈ। ਅਤੇ ਹੋਰ ਤਾਜ਼ਾ ਨਿਊਜ਼ ਦਾ ਅਪਡੇਟ ਲੈਣ ਲਈ ਜੁੜੇ ਰਹੋ ਈ ਇੰਡੀਆ ਨਿਊਜ਼ ਚੈਨਲ ਨਾਲ। ਧੰਨਵਾਦ, ਤੁਹਾਡਾ ਦਿਨ ਸ਼ੁਭ ਰਹੇ।